ਇੰਡੀਆ ਨਿਊਜ਼। ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ, ਅਤੇ ਆ ਜਾਓ ਮੇਰੇ ਵੀਰ, ਜ਼ਿਆਦਾ ਲੰਬਾ ਨਹੀਂ ਲਾਈਵ ਹੋਣਾ, 7-8 ਮਿੰਟ ਵਾਸਤੇ ਲਾਈਵ ਹੋਣਾ ਆ। ਅਤੇ ਜਿਵੇਂ ਤੁਸੀਂ ਜਾਣਦੇ ਹੋ ਸਾਰੇ ਵੀ, ਕੱਲ੍ਹ ਕਰਤਾਰ ਭਲਵਾਨ ਜੀ ਨੇ ਇਹ ਬਿਆਨ ਦਿੱਤਾ, ਉੱਥੇ PAP ਦੇ ਵਿੱਚ ਇਹਨਾਂ ਦੀ ਇੰਟਰਵਿਊ ਸੀ। ਉਹਦੇ ਵਿੱਚ ਇਹਨਾਂ ਨੇ ਕਿਹਾ ਕਿ ਮੇਰਾ ਨਾਮ ਲੈ ਕੇ ਅਤੇ ਗੁਰਪਾਲ ਦਾ ਨਾਮ ਲੈ ਕੇ ਕਿ ਮੈਨੂੰ ਕਿਤੋਂ ਪਤਾ ਲੱਗਾ, ਮੈਨੂੰ ਕਿਸੇ ਬੰਦੇ ਨੇ ਕਿਹਾ ਆ ਕਿ ਇਹ ਡੋਪ ਟੈਸਟ ਤੋਂ ਡਰਦੇ, ਨੈਸ਼ਨਲ ਨਹੀਂ ਲੜਦੇ। ਅਤੇ ਇੱਕ ਇਹਨਾਂ ਨੇ ਕਿਹਾ ਕਿ ਪਿੰਡ ਪਿੰਡ ਤੁਰੇ ਫਿਰਦੇ ਆ ਮੰਗਤਿਆਂ ਵਾਂਗੂ। ਠੀਕ ਹੈ ਜੀ, ਪਹਿਲੀ ਗੱਲ ਦਾ ਪਹਿਲਾਂ ਜਵਾਬ ਦੇ ਦਾਂ ਕਿ ਮੇਰਾ ਚੈਲੇਂਜ ਆ ਜੀ ਕਰਤਾਰ ਭਲਵਾਨ ਨੂੰ, 1 ਤਰੀਕ ਤੱਕ ਨੈਸ਼ਨਲ ਆ, 1 ਤਰੀਕ ਤੱਕ ਮੈਂ ਬਿਨਾਂ ਡੋਪ ਤੋਂ, ਬਿਨਾਂ ਲੜੇ ਤੋਂ ਡੋਪ ਟੈਸਟ ਦੇਣ ਨੂੰ ਤਿਆਰ ਆ। 1 ਤਰੀਕ ਤੱਕ ਹੀ, ਬਾਅਦ 'ਚ ਵੀ, ਮਤਲਬ 1 ਤਰੀਕ ਤੱਕ ਕਹਿਣ ਦਾ ਇਹ ਮਤਲਬ ਹੈ ਕਿ ਇੱਥੇ ਏਜੰਸੀ ਆਈਆਂ ਨੇ ਨਾਡਾ ਵਗੈਰਾ, ਅਤੇ ਉਹ ਇੱਥੇ ਹੀ ਹੋਣੀਆਂ ਨੇ। ਹੈਲੋ, ਹੁਣ ਆਵਾਜ਼ ਆਉਂਦੀ ਵੀਰ? ਵੀਰ ਜੇ ਆਵਾਜ਼ ਦੀ ਪ੍ਰੋਬਲਮ ਆ ਤਾਂ ਮਾੜਾ ਕਮੈਂਟ ਕਰਕੇ ਦੱਸ ਦਿਓ। ਹੈਲੋ, ਹਾਂਜੀ, ਗੱਲ ਕਰਨੀ ਆ ਵੀਰ ਜੀ, ਜਿਹੜੀ ਕਰਤਾਰ ਭਲਵਾਨ ਨੇ ਕੱਲ੍ਹ ਇੰਟਰਵਿਊ ਦੇ ਵਿੱਚ ਕਿਹਾ ਕਿ ਇਹ ਡੋਪ ਟੈਸਟ ਤੋਂ ਡਰਦੇ ਨਹੀਂ ਆਉਂਦੇ, ਮੈਂ ਚੈਲੇਂਜ ਕਰਦਾ ਭਲਵਾਨ ਜੀ ਨੂੰ, ਮੈਂ ਇੱਥੇ ਆ, PAP ਦੇ ਵਿੱਚ ਨੈਸ਼ਨਲ ਹੁੰਦੀ ਪਈ ਆ, ਜਦੋਂ ਕਹਿਣ ਮੈਂ ਉਦੋਂ ਆਪਣਾ ਡੋਪ ਦੇਣ ਨੂੰ ਤਿਆਰ ਹਾਂ। ਜੇ ਮੈਂ ਪੋਜ਼ਿਟਿਵ ਪਾਇਆ ਗਿਆ ਮੈਂ ਲਿਖਤੀ ਮਾਫ਼ੀ ਮੰਗੂੰਗਾ ਅਤੇ 20 ਲੱਖ ਰੁਪਈਆ ਤੱਕ ਦੇਣ ਨੂੰ ਤਿਆਰ ਹਾਂ ਮੈਂ, ਅਤੇ ਜੇ ਮੈਂ ਨੈਗੇਟਿਵ ਪਾਇਆ ਜਾਂਦਾ ਹਾਂ ਅਤੇ ਫਿਰ ਭਲਵਾਨ ਜੀ ਮਾਫ਼ੀ ਮੰਗਣ, ਅਤੇ 20 ਲੱਖ ਰੁਪਈਆ ਇਹ ਮੇਰੀ ਸ਼ਰਤ ਲਾ ਲਓ, ਚੈਲੇਂਜ ਲਾ ਲਓ, ਕੁਛ ਲਾ ਲਓ, ਉਹਨਾਂ ਨੂੰ ਪੁੱਛੋ ਕਿ ਹਾਂਜੀ ਦੱਸੋ ਤੁਸੀਂ ਤਿਆਰ ਹੋ ਕਿ ਨਹੀਂ ਤਿਆਰ। ਠੀਕ ਹੈ ਜੀ, ਮੈਂ 5 ਨੈਸ਼ਨਲਾਂ ਖੇਡਿਆ ਪਹਿਲਾਂ, ਇਸ ਤੋਂ ਨੈਸ਼ਨਲ ਗੇਮਸ ਖੇਡਿਆ ਹਾਂ, ਆਲ ਇੰਡੀਆ ਇੰਟਰ ਯੂਨੀਵਰਸਿਟੀ ਦਾ ਮੈਡਲਿਸਟ ਹਾਂ, ਨੈਸ਼ਨਲ ਗੇਮਸ ਦਾ ਮੈਡਲਿਸਟ ਹਾਂ। ਜੇ ਮੈਂ ਡੋਪ ਕਰਦਾ ਹੁੰਦਾ ਮੈਂ ਉਦੋਂ ਨਾ ਫੜਿਆ ਜਾਂਦਾ, ਕੋਈ 100 ਰੀਜ਼ਨ ਹੋ ਸਕਦਾ ਬੰਦੇ ਦਾ ਪਰਸਨਲ ਜਿਹਦੇ ਕਰਕੇ ਮੈਂ ਨਹੀਂ ਨੈਸ਼ਨਲ ਲੜਿਆ, ਇਹਦਾ ਮਤਲਬ ਇਹ ਨਹੀਂ ਕਿ ਮੈਂ ਡੋਪ ਕਰਦਾ ਹਾਂ। ਹੋਰ ਵੀ ਕਈ ਭਲਵਾਨ ਨੇ ਜਿਹੜੇ ਲੜੇ ਨਹੀਂ, ਅਤੇ ਇਹਦਾ ਮਤਲਬ ਕਿ ਸਾਰੇ ਡੋਪ ਕਰਦੇ ਹੋਏ, ਇੰਨੇ ਸੀਨੀਅਰ ਭਲਵਾਨ ਆ, ਇੰਨੇ ਵੱਡੇ ਭਲਵਾਨ ਆ, ਥੋੜ੍ਹਾ ਬੋਲਣ ਲੱਗਿਆ ਬੰਦੇ ਨੂੰ ਵੇਖਣਾ ਚਾਹੀਦਾ। ਫਿਰ ਦੂਸਰੀ ਗੱਲ ਇਹਨਾਂ ਨੇ ਇਹ ਕੀਤੀ ਕਿ ਪਿੰਡ ਪਿੰਡ ਤੁਰੇ ਫਿਰਦੇ ਮੰਗਤਿਆਂ ਵਾਂਗੂ। ਪਹਿਲੀ ਗੱਲ ਤਾਂ ਹੱਦੋਂ ਵੱਧ ਘਟੀਆ ਬਿਆਨ, ਘਟੀਆ ਗੱਲ, ਇੰਨੇ ਵੱਡੇ ਅਹੁਦੇ 'ਤੇ, ਇੰਨੇ ਵੱਡੇ ਲੈਵਲ 'ਤੇ ਇਹੋ ਜਿਹੇ ਭਲਵਾਨ ਨੂੰ ਇਹ ਗੱਲ ਸੋਭਾ ਹੀ ਨਹੀਂ ਦਿੰਦੀ। ਕੋਈ ਅਨਾੜੀ ਬੰਦਾ ਜਾਂ ਜਿਹੜਾ ਭਲਵਾਨੀ ਨਾਲ ਨਹੀਂ ਰਿਲੇਟਡ, ਜਿਹਨੂੰ ਨੌਲੇਜ ਨਹੀਂ ਹੈਗੀ ਭਲਵਾਨੀ ਦੀ, ਉਹ ਬੰਦਾ ਇਹ ਗੱਲ ਕਰੇ ਤਾਂ ਫਿਰ ਤਾਂ ਚਲੋ ਠੀਕ ਮੰਨਿਆ। ਇੱਕ ਇੰਨਾ ਵੱਡਾ ਆਪਣੇ ਟਾਈਮ ਦਾ ਖੁਦ ਭਲਵਾਨ ਆ, ਉਹ ਇਹ ਗੱਲ ਕਰਦਾ ਕਿ ਇਹ ਪਿੰਡ ਪਿੰਡ ਤੁਰੇ ਫਿਰਦੇ ਆ, ਇਹਨਾਂ ਨੂੰ ਪੁੱਛੋ ਵੀ ਇਹ ਨਹੀਂ ਘੁਲੇ ਕਦੀ ਮਿੱਟੀ 'ਤੇ, ਜਾਂ ਇਹਨਾਂ ਨੇ ਗੇੜੇ ਨਹੀਂ ਲਾਏ ਕਦੀ ਦੰਗਲਾਂ ਦੇ ਵਿੱਚ। ਅਸੀਂ ਤਾਂ ਚਲੋ ਰੱਬ ਵਰਗੀਆਂ ਪੰਚਾਇਤਾਂ ਨੇ, ਕਮੇਟੀਆਂ ਨੇ ਸਾਡੇ ਘਰ ਆਉਂਦੀਆਂ ਨੇ, ਅਸੀਂ ਉਹਨਾਂ ਦਾ ਮਾਣ ਸਤਿਕਾਰ ਕਰਦੇ ਹਾਂ, ਉਹ ਸਾਡਾ ਕਰਦੇ ਆ, ਸਾਨੂੰ ਪੁੱਛ ਕੇ ਤਰੀਕਾ ਰੱਖਦੇ ਨੇ, ਸਾਡੇ ਗਿਆਨ ਹੱਥੀਂ ਛਾਵਾਂ ਕਰਦੇ ਨੇ। ਅਤੇ ਇਹ ਬੰਦੇ ਨੇ ਇਹ ਗੱਲ ਕਹਿਤੀ ਕਿ ਇਹ ਮਤਲਬ ਮੰਗਤੇ ਵਾਂਗੂ ਪਿੰਡ ਪਿੰਡ ਤੁਰੇ ਫਿਰਦੇ ਨੇ, ਇਹਨਾਂ ਮੈਨੂੰ ਇਹ ਦੱਸ ਦੇਣ ਕਿ ਇਹਨਾਂ ਤੋਂ ਮੈਂ ਕੀ ਮੰਗਿਆ ਕਦੇ, ਜਾਂ ਇਹਨਾਂ ਨੇ ਮੇਰੀ ਭਲਵਾਨੀ ਕਰਾਈ ਆ ਕਿ ਜਿਹੜਾ ਮੈਂ ਇਹਨਾਂ ਦਾ ਖਾਧਾ ਹੋਵੇ, ਅਤੇ ਇਹਨਾਂ ਦੇ ਮੈਂ ਆਖੇ ਨਾ ਲੱਗਦਾ ਵਾਂ, ਮੈਂ ਬੱਧਾ ਨਹੀਂ ਕਿਸੇ ਦਾ, ਮੈਂ ਨੈਸ਼ਨਲ ਲੜਾਂ ਨਾ ਲੜਾਂ, ਮੈਂ ਛਿੰਝਾਂ ਵੇਖਾਂ, ਉਹ ਮੇਰੀ ਸਿਰਦਰਦੀ ਆ। ਠੀਕ ਹੈ ਜੀ, ਅਤੇ ਮੰਗਤਿਆਂ ਵਾਲੀ ਗੱਲ ਇਹ ਕਰਦੇ, ਇਹਨਾਂ ਨੂੰ ਇਹ ਪੁੱਛੋ ਵੀ ਤੁਸੀਂ ਇੰਨਾ ਚਿਰ 1993 ਤੋਂ ਇਹ ਪ੍ਰਧਾਨ ਰਿਹਾ ਪੰਜਾਬ ਦੀ ਐਸੋਸੀਏਸ਼ਨ ਦਾ, ਤੁਸੀਂ ਪੰਜਾਬ ਦੀ ਭਲਵਾਨੀ ਵਾਸਤੇ ਕੀ ਕੀਤਾ ਆ, ਕਿੰਨੇ ਅਖਾੜੇ ਬਣਾਏ ਆ, ਕਿੰਨਿਆਂ ਅਖਾੜਿਆਂ ਦੇ ਵਿੱਚ ਮੈਟ ਦਿੱਤੇ ਆ, ਕੋਚ ਦਿੱਤੇ ਆ, ਦੱਸਣ ਕਿ ਕਿਹੜੇ ਕਿਸੇ ਗਰੀਬ ਭਲਵਾਨ ਦੀ ਇਹਨਾਂ ਨੇ ਮਦਦ ਕੀਤੀ ਆ। ਠੀਕ ਆ, ਕੋਈ ਪਰਸਨਲ ਲੈਵਲ 'ਤੇ ਕਿਸੇ ਨੂੰ ਕੋਈ ਜਾਣਦਾ ਹੋਵੇ ਉਹਦੀ ਕਰਤੀ ਹੋਵੇ ਕੋਈ ਕਹਿ ਨਹੀਂ ਸਕਦੇ, ਕਿੰਨੇ ਬੰਦੇ ਦੱਸੋ ਵੀ ਇਹਨਾਂ ਨੇ ਭਰਤੀ ਕਰਾਏ ਆ ਪੰਜਾਬ ਦੇ, ਬਾਏ ਨੇਮ ਦੱਸਣ ਵੀ ਫਲਾਣੇ ਸੰਚ ਆਹ ਬੰਦਾ ਭਰਤੀ ਕਰਾਇਆ, ਫਲਾਣੇ ਸੰਚ ਆਹ ਕਰਾਇਆ, IG ਸੀ ਇਹ, ਡਿਪਟੀ ਡਾਇਰੈਕਟਰ ਸਪੋਰਟਸ ਸੀਗਾ,
ਫਿਰ ਇੰਡੀਆ ਦਾ ਸੈਕਟਰੀ ਰਿਹਾ ਭਲਵਾਨ ਕੁਸ਼ਤੀ ਦੀ ਫੈਡਰੇਸ਼ਨ ਦਾ। ਠੀਕ ਹੈ ਜੀ। ਅੱਜ ਇਸ ਬੰਦੇ ਨੇ ਚੁੱਕ ਕੇ ਇਹ ਗੱਲ ਕਹਿਤੀ ਕਿ ਇਹ ਮੰਗਤਿਆਂ ਵਾਂਗੂ ਪਿੰਡ ਪਿੰਡ ਜਾ ਕੇ ਮੰਗਦੇ ਨੇ। ਇਹਦੇ ਕੋਲੋਂ ਕਦੀ ਕੀ ਮੰਗਿਆ ਬਈ ਅਸੀਂ, ਇਹ ਇਸ ਗੱਲ ਦਾ ਜਵਾਬ ਦੇ ਦੇ। ਹੁਣ ਨੈਸ਼ਨਲ ਹੁੰਦੀ ਪਈ ਇੱਥੇ ਜਲੰਧਰ ਦੇ ਵਿੱਚ, ਸਰਕਾਰੀ ਟੂਰਨਾਮੈਂਟ ਆ, ਪੰਜਾਬ ਸਰਕਾਰ ਕਰਾਉਂਦੀ ਆ, ਪੰਜਾਬ ਜਿਹੜਾ ਖੇਡ ਮੰਤਰਾਲਾ ਉਹ ਕਰਾਉਂਦਾ ਆ, ਜਿਹੜੀ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਆ ਉਹ ਕਰਾਉਂਦੀ ਆ। ਇਹ ਬੰਦੇ ਫਿਰ ਵੀ ਸਾਡੇ ਕੋਲੋਂ 5500 ਰੁਪਈਆ ਮੰਗਦੇ ਆ। ਠੀਕ ਹੈ ਜੀ। ਇਹ ਗੱਲ ਦੇ ਗਵਾਹ ਹੋਰ ਵੀ ਮਾਝੇ ਦੇ ਭਲਵਾਨ ਹੋਣਗੇ ਜਿਹੜੇ ਤੁਹਾਨੂੰ ਦੱਸ ਦੇਣਗੇ, ਮੈਂ ਆਪਣੀ ਪਰਸਨਲ ਦੱਸਦਾ। ਠੀਕ ਆ। ਮੈਨੂੰ ਬੰਦੇ ਦਾ ਫੋਨ ਆਇਆ, ਉਹਨੇ ਮੈਨੂੰ ਕਿਹਾ ਕਿ ਕਰਤਾਰ ਭਲਵਾਨ ਜੀ ਨੇ ਕਿਹਾ ਵੀ ਆਪਣੇ ਏਰੀਏ ਦੇ ਜਿੰਨੇ ਵੀ ਬੰਦੇ ਆ ਨਾ ਭਲਵਾਨ ਨੇ, 1-2 ਨੰਬਰ ਜੋੜ ਦੇ, ਉਹਨਾਂ ਤੋਂ 5500 ਰੁਪਈਆ ਲੈਣਾ। ਅਤੇ ਮੈਂ ਉਸ ਬੰਦੇ ਨੂੰ ਇਹ ਗੱਲ ਕਹੀ, ਮੈਂ ਵੀ ਵੇਖ ਵੀਰ ਰੁਪਈਆ ਤਾਂ ਇੱਕ ਵੀ ਨਹੀਂ ਬਣਦਾ, ਪਰ ਤੂੰ ਫੋਨ ਕੀਤਾ ਤੇਰਾ ਮਾਣ ਤਾਣ ਆ, ਮੈਂ ਤੈਨੂੰ 1000 ਰੁਪਈਆ ਦਊਂਗਾ ਸਿਰਫ ਤੇਰੇ ਫੋਨ ਕੀਤੇ ਕਰਕੇ। ਉਹ ਸਾਰਾ ਕਹਿੰਦੇ ਹੁਣ ਵੀ ਕੰਜੂਸ ਆ ਜਾਂ ਪੈਸੇ ਨਹੀਂ ਕੱਢਦਾ, ਉਹ ਚਲੋ ਮੈਂ ਜਾਣਦਾ ਜਾਂ ਮੇਰਾ ਪਰਮਾਤਮਾ ਜਾਣਦਾ ਕਿ ਮੈਂ ਕਿੱਥੇ ਕਿੱਥੇ ਪੈਸੇ ਦਿੱਤੇ ਆ ਜਾਂ ਦਿੰਦਾ ਆ ਜਾਂ ਕੀ ਕਰਦਾ ਆ, ਇਹਨਾਂ ਦੇ ਕਹਿਣ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ। ਮੈਨੂੰ ਇਸ ਗੱਲ ਦਾ ਜਵਾਬ ਦੇਣ ਵੀ ਇਹਨਾਂ ਨੇ ਪੰਜਾਬ ਦੀ ਭਲਾਨੀ ਵਾਸਤੇ ਕੀ ਕੀਤਾ ਆ। ਹੁਣ ਪਦਾਰਥ ਭਲਾਨ ਜੀ ਆਪਣੇ ਟਾਈਮ ਦੇ ਵਧੀਆ ਭਲਾਨ ਹੋਏ ਨੇ, ਪਰਮਿੰਦਰ ਭਲਾਨ ਜੀ ਆਪਣੇ ਟਾਈਮ ਦੇ ਸਟਾਰ ਮੱਲ ਰਹੇ ਨੇ। ਠੀਕ ਹੈ ਜੀ। ਉਹਨਾਂ ਬੰਦਿਆਂ ਨੇ ਵੇਖੋ ਭਲਵਾਨੀ ਕੀਤੀ ਜਿੰਨਾ ਚਿਰ ਕੀਤੀ, ਬਾਅਦ 'ਚੋਂ ਬੰਦੇ ਆਪਣੇ ਅਖਾੜੇ ਸਾਂਭ ਲਏ ਉਹਨਾਂ ਨੇ, ਉਹ ਪੰਜਾਬ ਦੀ ਭਲਵਾਨੀ ਨੂੰ ਕੁਛ ਦੇ ਰਹੇ ਆ। ਠੀਕ ਹੈ ਜੀ। ਫਿਰ 2014-15 ਤੋਂ ਮੈਂ 1-2 ਨੰਬਰ ਜੋੜ ਘੁਲ ਲੱਗ ਗਿਆ ਹਾਂ। ਸਾਡੇ ਇੱਕ ਪਰਿਵਾਰ ਦਾ ਸੁਪਨਾ ਸੀ ਵੀ ਆਪਾਂ ਅਖਾੜਾ ਬਣਾਉਣਾ। ਪਿਛਲੇ ਸਾਲ 1.5 ਸਾਲ ਦੇ ਵਿੱਚ 1 ਕਰੋੜ ਰੁਪਈਆ ਆਪਣੀ ਜੇਬ 'ਚੋਂ ਲਾ ਗਏ ਸਾਡੇ ਪਰਿਵਾਰ ਨੇ, ਜਿਹ 'ਚ ਸਿਰਫ 3 ਲੱਖ ਰੁਪਈਆ ਇੱਕ ਮੰਤਰੀ ਦੇ ਕੇ ਗਿਆ, ਉਹ ਵੀ ਸਾਰਾ ਖੜਾ ਬਣਨ ਤੋਂ ਬਾਅਦ। 40 ਲੱਖ ਦੀ ਜਗ੍ਹਾ ਲਈ 60-65 ਲੱਖ ਰੁਪਈਆ ਉਹਦੇ ਉੱਪਰ ਲੱਗਾ, ਜਿਹਦੇ 'ਚੋਂ ਸਿਰਫ 3 ਲੱਖ ਰੁਪਈਆ ਇੱਕ ਮੰਤਰੀ ਨੇ ਦਿੱਤਾ। ਠੀਕ ਆ। ਅਤੇ ਕਿਸੇ ਬੰਦੇ ਨੇ ਕੋਈ ਪੈਸਾ ਨਹੀਂ ਦਿੱਤਾ, ਨਾ ਹੀ ਕਿਸੇ ਕੋਲੋਂ ਮੰਗਿਆ, ਸਾਡਾ ਆਪਣਾ ਸ਼ੌਂਕ ਹੀ ਅਸੀਂ ਪੂਰਾ ਕੀਤਾ। 1 ਕਰੋੜ ਰੁਪਈਆ ਲਾ ਕੇ ਉੱਥੇ ਹੁਣ 35-40 ਬੱਚੇ ਆਉਂਦੇ ਆ, ਤਰਨ ਤਾਰਨ ਦੇ ਵਿੱਚ ਅਖਾੜਾ ਵਾ, ਮੇਰੇ ਵੀਰਾਂ ਨੂੰ ਜਦੋਂ ਮਰਜ਼ੀ ਆਉਣ ਵੇਖੋ। ਠੀਕ ਹੈ ਜੀ। ਅਤੇ ਚਲੋ ਜਿੰਨੀ ਜੋ ਕਿ ਅਸੀਂ ਆਪਣਾ ਯੋਗਦਾਨ ਪਾ ਰਹੇ ਹਾਂ ਸੁਸਾਇਟੀ ਪ੍ਰਤੀ ਜਾਂ ਪੰਜਾਬ ਦੀ ਭਲਵਾਨੀ ਪ੍ਰਤੀ, ਕਿ ਚਲੋ ਅਸੀਂ ਇਹ ਨਹੀਂ ਕਹਿੰਦੇ ਵੀ ਹਾਂ ਉੱਥੋਂ ਸਾਰੇ ਰੁਸਤਮ ਹੀ ਨਿਕਲਣ, ਪਰ ਬੱਚੇ ਚਲੋ ਨਸ਼ਿਆਂ ਨੂੰ ਛੱਡ ਕੇ ਜਾਂ ਪੁੱਠੀਆਂ ਰਾਹਾਂ ਨੂੰ ਛੱਡ ਕੇ ਜੇ ਇਹ ਬੰਨੇ ਪੈਂਦੇ ਨੇ ਤਾਂ ਬਹੁਤ ਇੱਕ ਖੁਸ਼ੀ ਵਾਲੀ ਗੱਲ ਹੈ ਸਾਡੇ ਵਾਸਤੇ। ਇਹ ਦੱਸਣ ਵੀ ਇਹਨਾਂ ਨੇ ਆਪਣੀ ਜੇਬ ਦੇ ਵਿੱਚੋਂ ਕਿਹੜਾ ਅਖਾੜਾ ਸ਼ੁਰੂ ਕੀਤਾ, ਕਿਹੜਾ ਇਹਨਾਂ ਦਾ ਪਰਸਨਲ, ਇਹਨਾਂ ਨੇ ਕੋਈ ਅਕੈਡਮੀ ਬਣਾਈ ਆ। ਕਰਤਾਰ ਅਕੈਡਮੀ ਚੱਲਦੀ ਆ PAP ਦੇ ਵਿੱਚ, ਸਰਕਾਰੀ ਜਗ੍ਹਾ ਦੇ ਉੱਪਰ। ਠੀਕ ਹੈ ਜੀ। ਅਤੇ ਕੋਈ ਇਹਨਾਂ ਨੇ ਅੱਜ ਤੱਕ ਕੋਈ ਅਖਾੜਾ ਨਹੀਂ ਬਣਾਇਆ। ਇੱਕ ਆਪਣੇ ਪਿੰਡ ਇਹਨਾਂ ਨੇ ਮੈਟ ਦਿੱਤਾ ਮੇਰੇ ਖਿਆਲ ਨਾਲ, ਉੱਥੇ ਵੀ ਹੁਣ ਪਤਾ ਨਹੀਂ ਉਹ ਅਖਾੜਾ ਚੱਲਦਾ ਨਹੀਂ ਚੱਲਦਾ, ਕਾਫੀ ਟਾਈਮ ਹੋ ਗਿਆ ਉੱਥੇ ਗਏ ਨਹੀਂ। ਉਸ ਤੋਂ ਬਿਨਾਂ ਇਹ ਦੱਸਣ ਵੀ ਇਹਨਾਂ ਭਲਵਾਨੀ ਵਾਸਤੇ ਕੀ ਕੀਤਾ ਆ। ਲੱਤਾਂ ਜ਼ਰੂਰ ਖਿੱਚੀਆਂ ਹੋਣਗੀਆਂ ਬੰਦਿਆਂ ਦੀਆਂ, ਠੀਕ ਆ, ਅਤੇ ਕਦੀ ਕਿਸੇ ਦੀ ਸਪੋਰਟ ਨਹੀਂ ਕੀਤੀ, ਨਾ ਸੁਣੀ ਆ ਕਦੀ, ਨਾ ਆਪਾਂ ਵੇਖੀ ਆ। ਜੇ ਇਹਨਾਂ ਨੇ ਕੀਤੀ ਆ ਤਾਂ ਦੱਸ ਦੇਣਾ। ਠੀਕ ਆ ਜੀ। ਸੋ ਇਹ 2-4 ਇਹਨਾਂ ਨੂੰ ਬੇਨਤੀਆਂ ਕਰਨੀਆਂ ਸੀ। ਹਾਂ, ਇੱਕ ਗੱਲ ਇਹਨਾਂ ਨੇ ਕੀਤੀ ਸੁਸ਼ੀਲ ਭਲਵਾਨ ਜੀ ਬਾਰੇ। ਉਹ ਰਿਪੋਰਟਰ ਨੇ ਪੁੱਛਿਆ ਵੀ ਸੁਸ਼ੀਲ ਭਲਵਾਨ ਨਹੀਂ ਆਇਆ ਤਾਂ ਤੁਹਾਨੂੰ ਕਿਵੇਂ ਲੱਗਿਆ, ਅਤੇ ਵੀ ਉਹ ਕਿਉਂ ਨਹੀਂ ਆਇਆ, ਤੁਸੀਂ ਕੀ ਕਹਿਣਾ ਚਾਹੋਗੇ। ਇਹ ਕਹਿੰਦਾ ਵੀ ਜਿਹੜਾ ਆਉਂਦਾ ਵਾ ਨੈਸ਼ਨਲ ਦੇ ਵਿੱਚ ਪਹਿਲਵਾਨ ਆਉਂਦਾ ਜਾਂ ਕੋਈ ਵੀ ਮੁਕਾਬਲੇ ਦਾ ਆਉਂਦਾ ਆ, ਅਤੇ ਉਹ ਆਪਣੇ ਓਪੋਨੈਂਟ ਵੇਖ ਕੇ ਫੇਰ ਆਉਂਦਾ ਆ। ਕਹਿੰਦਾ ਭਲਵਾਨੀ ਲੋਕ ਛਡਾ ਦਿੰਦੇ ਹੁੰਦੇ ਆ। ਉਹ ਇੱਕ ਇਕੱਲਾ ਬੰਦਾ ਆ ਇੰਡੀਆ ਦਾ, 2 ਓਲੰਪਿਕ ਦਾ ਮੈਡਲਿਸਟ ਆ, ਉਹ ਵਰਲਡ ਚੈਂਪੀਅਨ ਆ, ਉਹ ਤੋਂ ਪਹਿਲਾਂ ਅਤੇ ਹੁਣ ਤੱਕ ਕੋਈ ਨਹੀਂ ਹੋਇਆ ਜਿਹੜਾ ਵਰਲਡ ਚੈਂਪੀਅਨ ਹੋਵੇ। ਚਲੋ ਸਾਨੂੰ ਤਾਂ ਕਿਸੇ ਗਿਣਤੀ 'ਚ ਨਹੀਂ ਗਿਣੋ, ਕਿਉਂਕਿ ਇਹਨਾਂ ਦੀ ਸੋਚ ਇਹੋ ਜਿਹੀ ਵੀ ਇਹ ਸਮਝਦੇ ਬਸ ਇੱਕ ਅਸੀਂ ਭਲਵਾਨ ਆ, ਹੋਰ ਕੋਈ ਭਲਵਾਨ ਨਹੀਂ ਹੋਇਆ। ਠੀਕ ਆ ਜੀ। ਅਤੇ ਉਸ ਬੰਦੇ ਦਾ ਹੀ ਘੱਟੋ ਘੱਟ ਮਾਣ ਤਾਣ ਰੱਖ ਲੈਂਦੇ, ਉਹਦਾ ਹੀ ਮਾਣ ਸਤਿਕਾਰ ਕਰਦੇ ਵੀ ਉਹ ਬੰਦੇ ਨੇ ਆਪਣੇ ਦੇਸ਼ ਵਾਸਤੇ ਕੀ ਕੁਛ ਕੀਤਾ। ਠੀਕ ਹੈ ਜੀ। ਸੋ ਇਹ 2-4 ਬੇਨਤੀਆਂ ਕਰਦੀਆਂ ਸੀ, ਅਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਇਹਨਾਂ ਤੱਕ ਵੀ ਪਹੁੰਚਾ ਦਿਓ। ਪਹਿਲੀ ਗੱਲ, ਹੁਣ ਥੋੜ੍ਹਾ ਟਾਈਮ ਪਹਿਲਾਂ ਇੱਕ ਇੰਟਰਵਿਊ ਵੀ ਹੋਈ ਆ, ਇਹਨਾਂ ਤੱਕ ਪਹੁੰਚ ਹੀ ਜਾਊਗੀ। ਅਤੇ ਬਾਕੀ ਜੇ ਕੋਈ ਮੇਰਾ ਵੀਰ ਇਹਨਾਂ ਦਾ ਹੈਗਾ ਵਾ ਪਰਸਨਲ ਜਾਣ ਪਛਾਣ ਵਾਲਾ, ਮੇਰੀ ਵੀਡੀਓ ਪਹੁੰਚਾ ਦਿਓ। ਸਵੇਰੇ ਵੀ ਮੈਂ ਉੱਥੇ ਹੋਣਾ PAP ਕੁਸ਼ਤੀਆਂ ਵੇਖਣੀਆਂ ਮੈਂ। ਠੀਕ ਹੈ। ਇਹਨਾਂ ਨੂੰ ਕੁਝ ਜਿੱਥੋਂ ਮਰਜ਼ੀ ਮੇਰਾ ਟੈਸਟ ਕਰਾ ਲੈਣ, ਅਤੇ ਮੇਰੇ ਨਾਲ ਸ਼ਰਤ ਰੱਖਣ। ਠੀਕ ਹੈ ਜੀ।
ਤੇ ਬਾਕੀ ਚਲੋ ਜਿੰਨਾ ਟਾਈਮ ਪਰਮਾਤਮਾ ਨੇ ਦਿੱਤਾ ਕੱਢਾਂਗੇ ਤੇ ਕੱਢਾਂਗੇ ਟੌਹਰ ਨਾਲ। ਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ, ਬਹੁਤ ਬਹੁਤ ਧੰਨਵਾਦ ਜੀ। ਹਰ ਤਰ੍ਹਾਂ ਦੇ ਹੱਡੀਆਂ, ਜੋੜਾਂ ਅਤੇ ਰੀੜ੍ਹ ਦੀ ਹੱਡੀ ਦੀ ਬਿਮਾਰੀਆਂ ਦਾ ਇਲਾਜ ਵਿਦੇਸ਼ਾਂ ਤੋਂ ਮਾਹਿਰ ਡਾਕਟਰਾਂ ਵੱਲੋਂ ਅੰਤਰਰਾਸ਼ਟਰੀ ਪੱਧਰ ਦੀ ਤਕਨੀਕ ਨਾਲ ਕੀਤਾ ਜਾਂਦਾ ਹੈ। ਸੰਪਰਕ ਕਰੋ ਐਨਕੇ ਅਗਰਵਾਲ ਜੁਆਇੰਟ ਐਂਡ ਸਪਾਈਨ ਸੈਂਟਰ, BRS ਨਗਰ, ਲੁਧਿਆਣਾ, 977-967-3359।